ਤਮਾਮ ਵੇਖਣ ਵਾਲੇ ਬੇਲੀਆਂ ਸੱਜਣਾਂ ਅਤੇ ਮਿੱਤਰਾਂ ਨੂੰ ਵੈਲਕਮ ਕਰਨੇ ਆ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਸਾਡੇ ਕੋਲ ਇੱਕ ਗਾਣਾ ਆਇਆ ਹੈ ਖਾਲਸਾ ਮੈਦਾਨ ਵਿੱਚ ਖਜ਼ਾਲੇ ਦਾ, ਧਾਰਮਿਕ ਸੌਂਗ ਹੈ ਅਤੇ ਸ਼ੁਰੂ ਹੀ ਗੁਰਦੁਆਰੇ ਤੋਂ ਹੁੰਦਾ ਹੈ। ਅਤੇ ਚਲੋ ਵੀਡੀਓ ਵੇਖਦੇ ਹਾਂ ਅਤੇ ਗਾਣਾ ਸੁਣਦੇ ਹਾਂ। ਸਭ ਨੂੰ ਹੀ ਬੁਲਾਇਆ ਸਤਿਗੁਰ ਨੇ, ਬਈ ਮੈਨੂੰ ਲੱਗਦਾ ਮਾਮਲਾ ਭਾਰੀ ਹੈ। ਇੱਕ ਪਾਸੇ ਗੁਰੂ ਦਾ ਸਿੰਘ ਕੱਲਾ ਤੇ ਦੂਜੇ ਪਾਸੇ ਤੰਤਰ ਸਰਕਾਰੀ ਹੈ। ਮਾਂ ਹੁਕਮ ਸਿੰਘ ਦੀ ਮਦਦ ਲਈ ਆਵਾਜ਼ ਗੁਰੂ ਨੇ ਪੰਥ ਨੂੰ ਮਾਰੀ, ਆਵਾਜ਼ ਗੁਰੂ ਨੇ ਕਾਮ ਨੂੰ ਮਾਰੀ। ਮਾਮਾ ਪੁੱਤਾਂ ਨੂੰ ਜਗਾਵਣ ਲੱਗੀਆਂ, ਹਰ ਪੱਗਾਂ ਸਿਰ ਤੇ ਸਜਾਵਣ ਲੱਗੀਆਂ, ਗੁਰੂ ਕਰੇ ਇਸ਼ਾਰਾ ਹਾਏ ਮਰ ਮਿਟ ਜਾਇਓ, ਭੈਣਾਂ ਵੀਰਾਂ ਨੂੰ ਸਮਝਾਵਣ ਲੱਗੀਆਂ। ਖਾਲਸਾ ਮੈਦਾਨ ਵਿੱਚ ਆ,
ਕੰਨਿਆਂ ਨੂੰ ਸੱਜ ਰੱਖਾ ਗਿਆ ਹੈ। ਗਲੀਆਂ ਦੀ ਰਾਜਨੀਤੀ ਚੋਂ ਰਾਤ ਟੱਕਰਾਂ ਦੇ ਪਾ ਗਿਆ ਹੈ। ਅੰਮ੍ਰਿਤਪਾਲ ਸਿੰਘ ਤੱਕ ਗਏ ਨੇ ਪਿੰਡਰਾਂ ਵਾਲੇ, ਸਾਰਿਆਂ ਦੇ ਜ਼ਿਕਰ ਕੀਤਾ ਹੈ ਤੇ ਵਿੱਚ ਪੰਜਾਬ ਦਾ ਜ਼ਿਕਰ ਵੀ ਕਰ ਦਿੱਤਾ ਹੈ ਪੂਰੇ ਦਾ ਕਿ ਪੰਜਾਬ ਨੂੰ ਵਿਗਾੜਨ ਵਿੱਚ ਮਤਲਬ ਜਿਹੜੇ ਸਿੱਖਾਂ ਦਾ ਖੁਦ ਬਜ਼ਾਤੇ ਖੁਦ ਵੀ ਹੱਥ ਹੈ ਕਿਉਂਕਿ ਹਰ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਮਤਲਬ ਸਪੋਰਟਿਵ ਨਹੀਂ ਹੁੰਦੇ ਤੇ ਇਹ ਚੀਜ਼ ਉਹਨਾਂ ਨੇ ਗਾਣੇ 'ਚ ਮਤਲਬ ਉਹਨਾਂ ਨੇ ਖੋਲ ਕੇ ਰੱਖ ਦਿੱਤੀ ਹਰ ਚੀਜ਼। ਫਿਰ ਦੂਸਰਾ ਜੇ ਕਿ ਸਿਆਸਤਦਾਨ ਵੀ ਆਪਣੀ ਜਿਹੜੀ ਹੈ ਪੋਲੀਟੀਸ਼ੀਅਨ ਨੂੰ ਚਮਕਾਉਣ ਵਾਸਤੇ ਵੀ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਕਰਦੇ, ਬਿਲਕੁਲ ਆਪਣੀ ਪੋਲੀਟਿਕਸ ਨੂੰ ਮੁਕੱਦਮ ਰੱਖਦੇ ਨੇ ਤੇ ਉਸ ਤੋਂ ਬਾਅਦ ਐਵੇਂ ਕਿ ਉਹਨਾਂ ਨੂੰ ਉਹੀ ਅਜ਼ੀਜ਼ ਹੁੰਦੀ ਹੈ, ਉਹਦੇ ਵਾਸਤੇ ਕਿਸੇ ਕੌਮ ਦਾ ਮੁਫਾਦ ਨਹੀਂ ਹੁੰਦਾ। ਤੇ ਭਿੰਡਰਾਂ ਵਾਲੇ ਜਿਹੜੇ ਸਨ ਉਹ ਬਿਲਕੁਲ ਉਹਨਾਂ ਨੇ ਦਿਲੀ ਤੌਰ 'ਤੇ ਸਹੀ ਕੰਮ ਕੀਤਾ, ਖਾਲਸਾ ਰਾਜ ਵਾਸਤੇ ਮੁਖਲਿਸ ਹੋ ਕੇ ਹੁਣ ਅੰਮ੍ਰਿਤਪਾਲ ਸਿੰਘ ਜਿਹੜੇ ਹੋ ਗਏ ਇਹ ਵੀ। ਅੱਛਾ ਇਹ ਕੈਚ ਨੇ ਮੇਰੇ ਖਿਆਲ ਨਾਲ ਅੰਮ੍ਰਿਤਪਾਲ ਸਿੰਘ ਇਹ ਨਹੀਂ, ਹਾਂ ਇਹ ਕੈਚ ਤੇ ਸਾਨੂੰ ਇਹ ਮਤਲਬ ਇਹਨਾਂ ਦਾ ਇਸ਼ੂ ਸੀ ਉਹ ਕੈਨੇਡਾ ਵਾਲਾ ਮਤਲਬ ਜਿਹੜੇ ਸੀ। ਚਲੋ ਦੂਸਰਾ ਗਾਣਾ ਜਿਹੜਾ ਸੀ ਖਜ਼ਾਲੇ ਦਾ ਬਹੁਤ ਵਧੀਆ ਲੱਗਾ, ਅੱਛਾ ਗਾਣਾ ਸੀ ਉਹਦੇ ਉੱਤੇ ਉਹਨਾਂ ਨੇ ਸਿੱਖਾਂ ਦੀ ਤਕਰੀਬਨ ਹਿਸਟਰੀ ਜਿਹੜੀ ਹੈ ਗੁਰੂ ਗੋਬਿੰਦ ਜੀ ਹੋਣਾ ਤੋਂ ਲੈ ਕੇ ਅਤੇ ਥੋੜ੍ਹਾ ਬਹੁਤ ਚੀਜ਼ਾਂ ਜਿਹੜੀਆਂ ਮੇਨ ਮੇਨ ਨੇ ਦੱਸੀਆਂ ਨੇ ਅਤੇ ਖਾਲਸਾ ਰਾਜ ਜਿਹੜਾ ਹੈ ਉਹਨੂੰ ਉਹ ਨਾਫਜ਼ ਕਰਨਾ ਚਾਹੁੰਦੇ ਨੇ ਪੰਜਾਬ ਵਿੱਚ। ਬਹੁਤ ਸਾਰੇ ਲੋਕ ਐਸੇ ਨੇ, ਸਿੰਗਰ ਐਸੇ ਨੇ ਜਿਨ੍ਹਾਂ ਨੇ ਨਾ ਐਵੇਂ ਦੇ ਧਾਰਮਿਕ ਸੌਂਗਸ ਔਰ ਜੋਸ਼ ਵਲਵਲੇ ਵਾਲੇ ਆਪਣੀ ਕੌਮ ਵਾਸਤੇ ਗਾਏ ਨੇ, ਪੈਟਰੀਓਟਿਕ ਸੌਂਗਸ ਜਿਹੜੇ ਹੁੰਦੇ ਨੇ ਆਪਣੀ ਕੌਮ ਵਾਸਤੇ ਉਹਨਾਂ ਚੋਂ ਇਹ ਇੱਕ ਗਾਣਾ ਸੀ, ਮਤਲਬ ਇਹ ਸਿੱਖਾਂ ਦਾ ਪੈਟਰੀਓਟਿਕ ਸੌਂਗ ਹੈ ਇਹਨੂੰ ਹੀ ਕਹਿ ਸਕਦੇ ਹਾਂ। ਤੇ ਲਿਰਿਕਸ ਵੀ ਵਧੀਆ ਸੀ, ਜੋਸ਼ ਵਲਵਲੇ ਵਾਲੇ ਔਰ ਖਾਸ ਤੌਰ ਤੇ ਇਹਨਾਂ ਦੇ ਧਾਰਮਿਕ ਸੌਂਗ ਜ਼ਿਆਦਾ ਨੇ, ਧਾਰਮਿਕ ਔਰ ਆਵਾਮ ਦੇ ਵਿੱਚ ਨਾ ਇੱਕ ਸਪਿਰਿਟ ਪੈਦਾ ਕਰਨ ਵਾਸਤੇ, ਹਰ ਬੰਦੇ ਦੀ ਇੱਕ ਫੈਨ ਫੋਲੋਇੰਗ ਹੁੰਦੀ ਹੈ ਨਾ ਤੇ ਉਹਨਾਂ ਨੂੰ ਮਤਲਬ ਉਸ ਤਰ੍ਹਾਂ ਦੇ ਲੋਕ ਹੀ ਪਸੰਦ ਕਰਦੇ ਨੇ ਜੋ ਉਹ ਮਤਲਬ ਪਸੰਦ ਚੀਜ਼ ਕਰਦੇ ਨੇ, ਜਿਵੇਂ ਦਿਲਜੀਤ ਦੇ ਆਪਣੇ ਫੈਨ ਨੇ, ਸਿੱਧੂ ਮੂਸੇਵਾਲੇ ਦੇ ਆਪਣੇ ਫੈਨ ਨੇ, ਬੱਬੂ ਮਾਨ ਦੇ ਆਪਣੇ ਫੈਨ ਨੇ ਤੇ ਖਜ਼ਾਲਾ ਜਿਹੜਾ ਇਹਨਾਂ ਦੀ ਇੱਕ ਆਪਣੀ ਮਤਲਬ ਅਲੱਗ ਪਹਿਚਾਣ ਹੈ। ਹਾਂ ਤੇ ਉਹਨਾਂ ਦੇ ਮਤਲਬ ਇਸ ਤਰ੍ਹਾਂ ਦੇ ਧਾਰਮਿਕ ਤੇ ਪੈਟਰੀਓਟਿਕ ਕਹਿ ਸਕਦੇ ਹਾਂ ਇਹਨਾਂ ਨੂੰ, ਉਹ ਸੌਂਗਸ ਹੁੰਦੇ ਨੇ। ਬਾਲਾ ਜੀ ਬਹੁਤ ਵਧੀਆ ਲੱਗਾ, ਤੁਹਾਨੂੰ ਕਿਵੇਂ ਦਾ ਲੱਗਾ ਤੁਸੀਂ ਕਮੈਂਟ ਕਰਕੇ ਦੱਸੋ ਤੇ ਰੱਖੋ ਆਪਣਾ ਖਿਆਲ। ਨੈਕਸਟ ਵੀਡੀਓ ਚ ਮਿਲਦੇ ਹਾਂ।